ਡੇਰਾ ਬਾਬਾ ਨਾਨਕ ਦੇ ਨਜ਼ਦੀਕੀ ਪਿੰਡ ਜੋੜੀਆਂ ਕਲਾਂ ਦੇ ਨੌਜਵਾਨ ਮਿੰਟੂ ਮਸੀਹ ਦਾ ਸ਼ਰਾਬ ਨੂੰ ਲੈ ਕੇ 200 ਰੁਪਏ ਦੇ ਲੈਣ ਦੇਣ ਕਰਕੇ ਕਤਲ ਕਰ ਦੇਣ ਦੀ ਗੱਲ ਮਿੰਟੂ ਦੇ ਪਰਿਵਾਰ ਵਾਲਿਆਂ ਵੱਲੋਂ ਦੱਸੀ ਗਈ ਹੈ। ਪਰਿਵਾਰ ਵਾਲਿਆਂ ਨੇ ਦੋਸ਼ ਲਗਾਇਆ ਹੈ ਕਿ ਪੁਲਿਸ ਵੱਲੋਂ ਲਾਵਾਰਸ ਸਮਝ ਕੇ ਕਾਰਵਾਈ ਕੀਤੀ ਜਾ ਰਹੀ ਹੈ, ਜਦੋਂ ਕਿ ਉਸ ਦਾ ਕਤਲ ਕੀਤਾ ਗਿਆ ਹੈ। ਦੋਸ਼ੀਆਂ ਖਿਲਾਫ਼ ਕਾਰਵਾਈ ਦੀ ਮੰਗ ਨੂੰ ਲੈ ਕੇ ਪਰਿਵਾਰ ਵੱਲੋਂ ਡੇਰਾ ਬਾਬਾ ਨਾਨਕ ਥਾਣੇ ਦੇ ਸਾਹਮਣੇ ਧਰਨਾ ਦਿੱਤਾ ਗਿਆ। ਮਿੰਟੂ ਮਸੀਹ ਦੀ ਪਤਨੀ ਨੇ ਦੱਸਿਆ ਕਿ ਉਹ ਨਜ਼ਦੀਕੀ ਪਿੰਡ ਹਰੂਵਾਲ ਵਿਖੇ ਸ਼ਰਾਬ ਲੈਣ ਗਿਆ ਸੀ ਤੇ ਉੱਥੇ ਹੀ ਉਸ ਦਾ ਦੇਸੀ ਸ਼ਰਾਬ ਵੇਚਣ ਵਾਲਿਆਂ ਨਾਲ ਝਗੜਾ ਹੋ ਗਿਆ। ਮਿੰਟੂ ਦੇ ਪਰਿਵਾਰ ਵਾਲਿਆਂ ਨੇ ਦੱਸਿਆ ਹੈ ਕਿ ਇਹ ਗੱਲ ਸਾਨੂੰ ਮਿੰਟੂ ਨਾਲ ਗਏ ਇੱਕ ਹੋਰ ਨੌਜਵਾਨ ਵੱਲੋਂ ਦੱਸੀ ਗਈ ਹੈ। ਮਿੰਟੂ ਮਸੀਹ ਜਲੰਧਰ ਦੇ ਇੱਕ ਢਾਬੇ ਤੇ ਕੰਮ ਕਰਦਾ ਹੈ ਅਤੇ 2-3 ਦਿਨ ਤੋਂ ਪਿੰਡ ਜੋੜੀਆਂ ਵਿਖੇ ਛੁੱਟੀ ਤੇ ਆਇਆ ਹੋਇਆ ਸੀ। ਉਹ ਤੇ ਉਸ ਦਾ ਦੋਸਤ ਦੋਨੋਂ ਹਰੂਵਾਲ ਵਿਖੇ ਸ਼ਰਾਬ ਪੀਣ ਗਏ ਸਨ, ਜਿੱਥੋਂ ਵਾਪਸ ਨਹੀਂ ਪਰਤਿਆ। ਪਰਿਵਾਰ ਵਾਲਿਆਂ ਅਨੁਸਾਰ ਉਸ ਦਾ ਤੇਜ਼ਧਾਰ ਹਥਿਆਰਾਂ ਨਾਲ ਕਤਲ ਕੀਤਾ ਗਿਆ ਹੈ। ਹੁਣ ਵੇਖਣ ਵਾਲੀ ਗੱਲ ਇਹ ਹੈ ਕਿ ਪੁਲਿਸ ਪਰਿਵਾਰ ਨੂੰ ਇਨਸਾਫ਼ ਦਿੰਦੀ ਹੈ ਜਾਂ ਨਹੀਂ। ਪੁਲਿਸ ਅਧਿਕਾਰੀਆਂ ਨੇ ਦੱਸਿਆ ਕਿ ਇਸ ਸਬੰਧੀ ਮਾਮਲਾ ਦਰਜ ਕਰਕੇ ਤਫ਼ਤੀਸ਼ ਕੀਤੀ ਜਾ ਰਹੀ ਹੈ। ਇਹ ਜੀ, ਕੱਲ੍ਹ ਕਿਸੇ ਬੰਦੇ ਦਾ ਇੱਥੇ ਪਿੰਡ ਜੋੜੀਆਂ ਦੇ ਪਿੰਡ ਦਾ ਮੁੰਡੇ ਦਾ ਕਤਲ ਹੋ ਗਿਆ, ਮਿੰਟੂ ਮਸੀਹ ਦਾ, ਅਤੇ ਪਿੰਡ ਦੇ ਲੋਕ ਇਨਸਾਫ਼ ਦੀ ਮੰਗ ਕਰ ਰਹੇ ਨੇ। ਰਾਤ ਦਾ ਕਤਲ ਹੋਇਆ, ਅੱਜ ਤੱਕ ਪਰਚਾ ਦਰਜ ਨਹੀਂ ਹੋਇਆ ਜੀ। ਉਹਦੇ ਛੋਟੇ ਛੋਟੇ ਦੋ ਬੱਚੇ ਨੇ, ਜਲੰਧਰ ਰੋਡ ਢਾਬੇ ਤੋਂ ਕੰਮ ਕਰਦਾ ਲੜਕਾ, ਉਹ ਛੁੱਟੀ ਕੱਟਣ ਵਾਸਤੇ ਘਰ ਆਇਆ ਸੀ। ਕਿਸੇ ਗੱਲ ਤੋਂ ਇਹ 100-200 ਰੁਪਏ ਲੈ ਕੇ ਪਿੱਛੇ ਵਿਵਾਦ ਹੋ ਗਿਆ। ਉਹਨਾਂ ਲੋਕਾਂ ਨੇ ਇਹਨੂੰ ਤੇਜ਼ ਸ਼ਰਾਬ ਵੇਚਣ ਵਾਲੇ ਮਾਫੀਏ ਨੇ ਉਹਨਾਂ ਨੂੰ ਤੇਜ਼ ਦਾ ਹਥਿਆਰਾਂ ਨਾਲ ਮਾਰ ਦਿੱਤਾ, ਅਤੇ ਪੁਲਿਸ ਕੋਲ ਇਨਸਾਫ਼ ਕਰ ਰਹੇ ਸਾਰੇ ਪਿੰਡ ਵਾਲੇ, ਤੁਸੀਂ ਦੇਖ ਰਹੇ ਹੋ, ਇਕੱਠੇ ਹੋਏ ਪਏ ਨੇ, ਧਰਨਾ ਲਾ ਕੇ ਬੈਠੇ ਆ। ਅੱਜ ਤੱਕ ਇਨਸਾਫ਼ ਨਹੀਂ ਮਿਲਿਆ, ਨਾ ਪਰਚਾ ਦਰਜ ਹੋਇਆ ਜੀ। ਕੀ ਇਹਦੀ ਕੋਈ ਰੰਜਿਸ਼ ਸੀ ਉਹਨਾਂ ਨਾਲ? ਕੋਈ ਰੰਜਿਸ਼ ਨਹੀਂ ਜੀ। ਕੀ ਮਤਲਬ ਉੱਥੇ ਲੈਣ ਕੇ ਕਿਹੜੇ ਪਿੰਡ ਆ, ਕਿਹਦੇ ਨਾਲ, ਕੌਣ ਹੈ? ਹੜੂਵਾਲ। ਹੜੂਵਾਲ ਨੇ ਉਹ ਬੰਦੇ ਜਿਹਨਾਂ ਕੋਲ? ਉਹ ਸ਼ਰਾਬ ਦੇ ਮਾਫੀਆ ਨੇ ਜੀ। ਅੱਛਾ ਜੀ, ਦੇਸ਼ੀ ਸ਼ਰਾਬ ਦੇ ਮਾਫੀਆ ਨੇ। ਤੇ ਸਰ ਉਹਨਾਂ ਮਾਰਿਆ ਲੱਗਦਾ? ਹਾਂਜੀ ਹਾਂਜੀ ਹਾਂਜੀ। ਉਹ ਜਿਹੜਾ ਨਾਲ ਵਿਟਨੈਸ ਨਾਲ ਗਿਆ ਸੀ ਉਹ ਦੱਸ ਰਿਹਾ, ਉਹਦੀ ਵਿਟਨੈਸ ਦੇ ਮੁਤਾਬਕ ਦੱਸ ਰਹੇ ਹਾਂ ਕਿ ਉਹਦੇ ਸਾਹਮਣੇ ਉਹਨਾਂ ਨੇ ਤੇਜ਼ ਧਾਰ ਦੇ ਨਾਲ ਮਾਰਿਆ। ਤੁਸੀਂ ਡੈੱਡ ਬਾਡੀ ਦੀ ਦੇਖੀ? ਨਹੀਂ, ਅਸੀਂ ਨਹੀਂ ਦੇਖੀ ਜੀ, ਅਸੀਂ ਉਹਦੀਆਂ ਫੋਟੋਆਂ ਦੇਖੀਆਂ ਜੀ ਉਹਦੀਆਂ। ਕੀ ਫੋਟੋਆਂ ਤੋਂ ਕੀ ਲੱਗਦਾ? ਫੋਟੋਆਂ ਦੇ ਤੇਜ਼ ਧਾਰ ਧਾਰਨ ਮੁਤਾਬਕ ਲੱਗਦਾ ਵੀ ਉਹਨੂੰ ਮਾਰਿਆ ਗਿਆ, ਕਤਲ ਕੀਤਾ ਗਿਆ ਉਹਦਾ। ਤੇ ਫਿਰ ਅੱਜ ਧਰਨਾ ਲਾਉਂਦੇ ਨੌਬਤ ਕਿਉਂ ਪਈ? ਧਰਨਾ ਨੌਬਤ ਇਸ ਕਰਕੇ ਪਈ ਗਈ ਹੈ ਵੀ ਉਹਦਾ ਪਰਚਾ ਦਰਜ ਨਹੀਂ ਹੋ ਰਿਹਾ, ਪੁਲਿਸ ਪ੍ਰਸ਼ਾਸਨ ਪਰਚਾ ਦਰਜ ਨਹੀਂ ਕਰ ਰਹੀ ਅੱਜ ਤੱਕ, ਇਸ ਕਰਕੇ ਇਹਨੇ ਪਰਚਾ ਦਰਜ ਧਰਨਾ ਲਾਇਆ। ਤੇ ਅਗਲੀ ਰਣਨੀਤੀ ਕੀ ਤੁਹਾਡੀ ਰਹੇਗੀ? ਅਗਲੀ ਰਣਨੀਤੀ ਸਾਡੀ ਇਹੋ ਹੀ ਆ ਵੀ ਇਨਸਾਫ਼ ਕਰਦੇ ਹਾਂ, ਮੰਗ ਕਰਦੇ ਹਾਂ ਇਨਸਾਫ਼ ਦੀ, ਪ੍ਰਸ਼ਾਸਨ ਕੋਲੋਂ ਉਹਦੇ ਪਰਚਾ ਦਰਜ ਕੀਤਾ ਜਾਵੇ, ਉਹਦੇ ਵਰਦੀ ਕਾਰਵਾਈ ਕੀਤੀ ਜਾਵੇ। ਹਾਂਜੀ, ਅੱਜ ਤੁਸੀਂ ਥਾਣਾ ਡੇਰਾ ਬਾਬਾ ਨਾਨਕ ਸਾਹਮਣੇ ਧਰਨਾ ਲਾਇਆ, ਕੀ ਮਾਮਲਾ ਕੀ ਹੈ ਪੂਰਾ ਜੀ? ਭਾਜੀ, ਮੇਰੇ ਪਤੀ ਦਾ ਕਤਲ ਕੀਤਾ ਆ, ਉਹ ਸ਼ਰਾਬ ਪੀਣ ਗਿਆ ਸੀ, ਉਹਦੇ ਵਾਲ ਨਾ ਬਣ ਕੇ ਇਹਨੂੰ ਮਾਰ ਦਿੱਤਾ, ਉਹਨਾਂ ਸਿਰ ਵੀ ਉਹਦਾ ਪਾੜਿਆ, ਉਹਨੂੰ ਸੰਗਲਾਂ ਨਾ ਬਣ ਕੇ ਲਾਸਾਂ ਪਾਈਆਂ, ਮੇਰੇ ਦੋ ਬੱਚੇ ਆ, ਮੈਂ ਕਿਤੇ ਜਾ, ਮੇਰੇ ਵੀ ਗਾਂ ਮੁੰਡਾ ਕੁੜੀ, ਮੈਂ ਕਿਤੇ ਜਾ, ਮੈਂ ਵੀ ਉਹਨਾਂ ਨੂੰ ਇੱਥੇ ਹੀ ਮਾਰਨਾ। ਕਿੱਦਣ ਦੀ ਘਟਨਾ ਹੈ, ਤੁਹਾਨੂੰ ਕਦੋਂ ਪਤਾ ਲੱਗਾ? ਇਹ ਕੱਲ ਹੋਇਆ, ਸਾਮੀ 6:30 ਵਜੇ ਦਾ ਕਰਾ ਕੇ ਆਈ। ਤੁਹਾਨੂੰ ਕਦੋਂ ਪਤਾ ਲੱਗਾ? ਅਸੀਂ ਡੀਕਦੇ ਰਹੇ, ਮੈਂ ਫੇਰੇ ਦੇ ਭਰਾ ਦੇ ਮੁੰਡੇ ਨੂੰ ਆਖਿਆ ਆਪਣਾ ਚਾਚਾ ਲੱਭ ਕੇ ਲਿਆ, ਉਹ ਲੱਭਣ ਗਿਆ, ਉਹਨੂੰ ਮਰਿਆ ਲੱਭਾ, ਘਰ ਆਇਆ ਹੀ ਨੀ, ਇਹ ਪੁਲਿਸ ਵਾਲਿਆਂ ਨੇ ਲਵਾਰਿਸ ਦੱਸਦੇ ਆ, ਉਹ ਲਵਾਰਿਸ ਨਹੀਂ, ਉਹਦੇ ਦੋ ਬੱਚੇ, ਮੇਰੇ ਬੱਚਿਆਂ ਨੇ ਕੀ ਆਖਾਂਗੇ, ਉਹ ਵੀ ਮਰਨਾ ਚਾਹੀਦੇ, ਏਦਾਂ ਜਿੰਨਾ ਮਾਰਿਆ ਆ।
ਕਿੰਨੀ ਉਮਰ ਕਿੰਨੀ ਅੱਗੇ ਦੋ ਵੱਡੇ ਮਰੇ ਨੂੰ ਵੀ ਉਦਾਂ ਹੀ ਮਾਰ ਦਿੱਤਾ ਕਿੰਨੀ ਉਮਰ ਕਿੰਨੀ ਕਿਹਦੀ ਉਮਰਦਾਰੀ ਮੈਨੂੰ ਹਾਂਜੀ ਸਰ ਅੱਜ ਬਾਹਰ ਧਰਨਾ ਲੱਗਾ ਕਿਸੇ ਕਤਲ ਦੀ ਕਹਿ ਰਹੇ ਵੀ ਹੋਈ ਵਾਰਤਾ ਤੇ ਕੀ ਮਾਮਲਾ ਕੀ ਹੈ ਸਰ ਕੱਲ ਰਾਤੀ ਨਾ ਕਰੀਬ 10 ਵਜੇ ਸਾਨੂੰ ਇੱਕ ਹਸਪੀਟਲ ਤੋਂ ਚਿੱਠੀ ਮਿਲੀ ਸੀ ਇੱਕ ਮਿੰਟੂ ਮਸੀਹ ਦਾ ਬੰਦਾ ਵਾ ਹਸਪੀਟਲ ਵਿੱਚ ਆਇਆ ਜਿਹਦੀ ਡੈਥ ਹੋ ਗਈ ਆ ਤੇ ਅਸੀਂ ਉਹਦੇ ਕਾਰਵਾਈ ਕੀਤੀ ਸੀ ਕਾਰਵਾਈ ਕਰਕੇ ਉਹਦਾ ਪੋਸਟਮਾਰਟਮ ਕਰਨ ਲਈ ਭੇਜਿਆ ਸੀ ਅਸੀਂ ਸਿਰਮਦਾਈ ਦਾ ਇਹਨਾਂ ਦਾ ਪਰਿਵਾਰਕ ਮੈਂਬਰਾਂ ਦਾ ਬਿਆਨ ਲਿਖਿਆ ਸੀਗਾ ਅਤੇ ਹੁਣ ਉਹਨਾਂ ਨੇ ਕੋਈ ਡਾਊਟ ਜ਼ਾਹਰ ਕੀਤਾ ਵੀ ਅਸੀਂ ਇਹਦੇ ਵਿੱਚ ਹੋਰ ਕੋਈ ਵਾਧਾ ਕਰਨਾ ਚਾਹੁੰਦੇ ਆ ਅਤੇ ਉਹਨਾਂ ਨੂੰ ਉਹਨਾਂ ਨੇ ਇਸ ਕਰਕੇ ਲਾਇਆ ਜਿਹਨਾਂ ਨੇ ਉਹਨੂੰ ਕਨਵਿੰਸ ਕਰ ਦਿੱਤਾ ਵਾ ਅਤੇ ਅਸੀਂ ਕਾਰਵਾਈ ਕਰ ਰਹੇ ਹਾਂ ਅਤੇ ਸਰ ਕੀ ਮਤਲਬ ਕਾਰਵਾਈ ਕੀ ਹੋ ਰਿਹਾ ਦੂਜੀ ਧਰਤ ਪਰਚਾ ਜਿਹੜੀ ਪੀੜਤ ਧਿਰ ਕਹਿ ਰਹੀ ਹੈ ਇਹਦੀ ਅਸੀਂ ਨਾ ਇਨਵੈਸਟੀਗੇਸ਼ਨ ਕਰ ਰਹੇ ਹਾਂ ਇਨਵੈਸਟੀਗੇਸ਼ਨ ਦੌਰਾਨ ਜੋ ਸਾਹਮਣੇ ਉਸ ਤਰੀਕੇ ਨਾਲ ਪੁਲਿਸ ਕਾਰਵਾਈ ਕੀਤੀ ਜਾਊਗੀ ਵੈਸੇ ਸਰ ਕੀ ਮੁਰਲੇ ਕਾਰਨਾਂ ਦਾ ਕੀ ਪਤਾ ਲੱਗਦਾ ਵੈਸੇ ਡੈਡ ਬਾਡੀ ਤੋਂ ਮੁਰਲੇ ਕਾਰਨਾਂ ਦਾ ਆਫਟਰ ਪੋਸਟਮਾਰਟਮ ਵੀ ਦੱਸਿਆ ਜਾ ਸਕਦਾ ਸੰਜੀਵ ਮਹਿਤਾ ਦਿਵਿਆ ਪੰਜਾਬ ਟੀਵੀ ਡੇਰਾ ਬਾਬਾ ਨਾਨਕ